ਸਤਿ ਸ਼੍ਰੀ ਅਕਾਲ ਜੀ, DGMC ਟਾਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ। ਗੱਲਬਾਤ ਕਰਾਂਗੇ ਪੰਜਾਬ ਦੇ ਉਹਨਾਂ ਮੁੱਦਿਆਂ 'ਤੇ ਜਿਨ੍ਹਾਂ ਤੋਂ ਅੱਜ ਤੱਕ ਸਰਕਾਰਾਂ ਭੱਜਦੀਆਂ ਆਈਆਂ ਨੇ। ਆਖਿਰ ਕਿਉਂ ਭੱਜਦੀਆਂ ਆਈਆਂ ਸਰਕਾਰਾਂ ਇਹਨਾਂ ਮੁੱਦਿਆਂ ਤੋਂ? ਇਸ ਮੌਕੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ। ਆਓ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ, DGMC 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। DGMC ਦੇ ਸਾਰੇ ਦਰਸ਼ਕਾਂ ਦਾ ਅਸੀਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ, ਪੰਜਾਬ ਦੇ ਮੁੱਦੇ ਬਹੁਤ ਨੇ। ਪੰਜਾਬ ਦੇ ਪਾਣੀਆਂ ਦਾ ਮੁੱਦਾ ਬਹੁਤ ਵੱਡਾ, ਪੰਜਾਬ 'ਚ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਵੱਡਾ, ਪੰਜਾਬ 'ਚ ਐਜੂਕੇਸ਼ਨ ਦਾ ਮੁੱਦਾ ਬਹੁਤ ਵੱਡਾ। ਆਖਿਰ ਪੰਜਾਬ ਦੇ ਮੁੱਦੇ ਹੱਲ ਕਿੱਦਾਂ ਹੋਣਗੇ? ਬੜੀਆਂ ਸਰਕਾਰਾਂ ਵਾਅਦੇ ਕਰਦੀਆਂ ਆਈਆਂ ਨੇ ਪਰ ਮੁੱਦੇ ਹੱਲ ਨਹੀਂ ਹੁੰਦੇ। ਦੇਖੋ ਸੁਖਮਨ, ਜੇ ਅਸੀਂ ਗੱਲ ਕਰਦੇ ਹਾਂ ਤਾਂ ਹਨਾ ਪੰਜਾਬ ਦੀ, ਪੰਜਾਬ ਇੱਕ ਉਹ ਸਟੇਟ ਆ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚੋਂ ਇੱਕ ਅਲੱਗ ਦਿਖੀ ਜਾਂਦੀ ਆ। ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਵੇਂ ਤੁਸੀਂ ਪਾਣੀਆਂ ਦੀ ਗੱਲ ਕਰੀ ਹੈ ਨਾ, ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ, ਬਾਕੀ ਉਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਜਦੋਂ ਅਸੀਂ ਪੰਜਾਬ ਦੇ ਮੁੱਦਿਆਂ ਦੀ, ਪਾਣੀਆਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀ ਨੇ ਜਿਹੜੇ ਇੱਕ ਵੱਖਰੇ ਤੌਰ 'ਤੇ ਉਹਨੂੰ ਦੇਖਿਆ ਜਾਣਾ ਚਾਹੀਦਾ। ਇਹ ਸਾਡਾ ਲਾਅ ਕਹਿੰਦਾ, ਰਿਵੀਜ਼ਨ ਲਾਅ ਕਹਿੰਦਾ, ਜਿਹੜਾ ਕਿ ਜਿੱਥੋਂ ਦੀ ਪਾਣੀ ਲੰਘਦਾ ਹੋਵੇ ਉੱਥੇ ਦੀ ਉਹ ਸਟੇਟ ਦਾ ਉਹਦੇ ਉੱਪਰ ਪੂਰਾ ਪੂਰਾ ਅਧਿਕਾਰ ਹੁੰਦਾ। ਜਦੋਂ ਅਸੀਂ ਅਖਬਾਰਾਂ ਪੜ੍ਹਦੇ ਹਾਂ, ਪਿੱਛੇ ਜਿਹੇ ਇੱਕ ਬੜੀਆਂ ਇੰਟਰਵਿਊ ਆਈਆਂ, ਜਿਵੇਂ ਹੁਣ ਸਿਮਰਨਜੀਤ ਸਿੰਘ ਬੈਂਸ ਨੇ, ਜਿਹੜੇ ਕਿ ਆਪਣੇ ਬੈਂਸ ਭਰਾਵਾਂ ਦੇ ਵੱਲੋਂ ਵੀ ਕਾਫੀ ਆਵਾਜ਼ ਚੁੱਕੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਰਾਜਸਥਾਨ ਤੋਂ 16 ਲੱਖ ਕਰੋੜ ਰੁਪਇਆ ਲੈਣਾ ਪਾਣੀਆਂ ਦਾ, ਜਦੋਂ ਕਿ ਪਾਣੀਆਂ ਦੀ ਗੱਲ 16 ਲੱਖ ਕਰੋੜ ਇਕੱਲੇ ਰਾਜਸਥਾਨ ਤੋਂ ਅਸੀਂ ਲੈਣਾ। ਤਾਂ ਇੱਕ ਹੋਰ ਅਸੀਂ ਪੜ੍ਹ ਰਹੇ ਸੀ, ਕਹਿੰਦੇ ਕਿ ਦਿੱਲੀ ਤੋਂ 22,000 ਕਰੋੜ ਰੁਪਇਆ ਪਰ ਸਾਲ ਦਾ ਅਸੀਂ ਲੈਣਾ ਹੈਗਾ, ਹਨਾ, ਪਰ ਅਸੀਂ ਖੜੇ ਕਿੱਥੇ ਹਾਂ? ਉਹ ਇੱਕ ਬੜਾ ਵੱਡਾ ਸਵਾਲ ਆ। ਪੰਜਾਬ ਦੇ ਵਿੱਚ ਪਾਣੀਆਂ ਦੀ ਕਿੱਲਤ ਆ ਰਹੀ ਆ, ਪੰਜਾਬ ਦੇ ਸੂਏ, ਪੰਜਾਬ ਦੀਆਂ ਕੱਸੀਆਂ, ਪੰਜਾਬ ਦੇ ਖਾਲ ਉਹ ਸੁੱਕੇ ਪਏ ਨੇ, ਸੋਕਾ ਪੈਣ ਨੂੰ ਤਿਆਰ ਆ ਪੰਜਾਬ 'ਚ। ਹੇਠਲਾ ਪਾਣੀ ਦਿਨੋਂ ਦਿਨ ਥੱਲੇ ਜਾ ਰਿਹਾ। ਧਰਤੀ ਹੇਠਲੇ ਪਾਣੀ ਦੀ ਅਸੀਂ ਗੱਲ ਕਰਦੇ ਹਾਂ, 400 ਫੁੱਟ ਤੋਂ ਪਹਿਲਾਂ ਪਾਣੀ ਨਹੀਂ ਤੁਹਾਨੂੰ ਪੀਣ ਯੋਗ ਮਿਲਦਾ ਪੰਜਾਬ ਦਾ, ਠੀਕ ਆ। ਜਿਹੜਾ ਪਾਣੀ ਜਦੋਂ ਅਸੀਂ ਬਜ਼ੁਰਗਾਂ ਤੋਂ ਸੁਣਦੇ ਸੀ, ਉਹ ਕਹਿੰਦੇ ਸੀ ਟੋਆ ਪੱਟ ਕੇ ਵੀ ਪਾਣੀ ਪੀਤਾ, ਕਈ ਵਾਰ ਕਹਿੰਦੇ ਬਾਟੀ ਨਾਲ ਅਸੀਂ ਟੋਆ ਪੱਟਦੇ ਤਾਂ ਉਹ ਪਾਣੀ ਪੀਤਾ ਅਸੀਂ। ਅੱਜ ਕੀ ਆ, ਅੱਜ ਪੰਜਾਬ ਦੇ ਹਾਲਾਤ ਕੀ ਨੇ? ਉਹ ਜਵਾਨੇ ਦੇ ਨੂੰ ਦੇਖ ਕੇ ਪੰਜਾਬ ਦੀ ਜਿਹੜੀ ਫਸਲ ਆ, ਪੰਜਾਬ ਦੀ ਫਸਲ ਪਹਿਲਾਂ ਕੀ ਹੋਇਆ ਕਰਦੀ ਸੀ? ਮੂੰਗੀ ਹੋਇਆ ਕਰਦੀ ਸੀ, ਪਹਿਲਾਂ ਕੀ ਹੋਇਆ ਕਰਦੀ ਸੀ? ਨਰਮਾ ਹੋਇਆ ਕਰਦਾ ਸੀ, ਮੱਕੀ ਹੋਇਆ ਕਰਦੀ ਸੀ, ਬਾਜਰਾ ਹੋਇਆ ਕਰਦਾ ਸੀ। ਅੱਜ ਪੰਜਾਬ ਦੀਆਂ ਫਸਲਾਂ ਕੀ ਨੇ? ਝੋਨਾ ਤੇ ਕਣਕ, ਇਹ ਦੋ ਫਸਲਾਂ ਰਹੀਆਂ ਪੰਜਾਬ ਕੋਲੇ। ਪੰਜਾਬ ਕੋਲੇ ਰਿਹਾ ਕੀ ਨੀ? ਕੁਛ ਵੀ ਨਹੀਂ ਰਿਹਾ। ਪੰਜਾਬ ਉੱਜੜਦਾ ਜਾ ਰਿਹਾ, ਪੰਜਾਬ ਉੱਜੜਦਾ ਜਾ ਰਿਹਾ। ਜਿਹੜੀ ਤੁਸੀਂ ਗੱਲ ਕਹੀ ਆ, ਪੰਜਾਬ ਉੱਜੜਦਾ ਜਾ ਰਿਹਾ, ਵਾਕਈ ਪੰਜਾਬ ਉੱਜੜਦਾ ਜਾ ਰਿਹਾ। ਪੰਜਾਬ ਦੀ ਪੜ੍ਹਾਈ ਆ ਜਿਹੜੀ ਪੰਜਾਬ ਦੇ ਕੋਲ ਨਹੀਂ ਰਹੀ। ਪੰਜਾਬ ਦੇ ਜਦੋਂ ਸਿੱਖ ਰਾਜ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਜਿਹੜਾ ਕਿ ਉਹ ਰਾਜ ਦੇਖਣ ਨੂੰ ਤਰਸ ਰਿਹਾ ਅੱਜ, 40 ਸਾਲਾਂ ਦਾ ਉਹ ਰਾਜ। ਅੱਜ ਉਹਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ, ਬੇਸ਼ੱਕ ਕੋਈ ਮਰਜ਼ੀ ਸਰਕਾਰ ਆਵੇ, ਤੇ ਜਿਹੜੀ ਹੁਣ ਸੱਤਾ ਦੇ ਵਿੱਚ ਪਾਰਟੀ ਆ, ਭਗਵੰਤ ਮਾਨ ਦੀ ਸਰਕਾਰ ਆ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਕੰਧਾਂ ਦੇ ਉੱਪਰ ਅੱਜ ਵੀ ਤੁਹਾਨੂੰ ਨਾਰੇ ਲਿਖੇ ਮਿਲ ਜਾਣੇ ਆ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ। ਉਹ ਮੌਕੇ ਪੰਜਾਬ ਦੇ ਲੋਕਾਂ ਨੇ ਦੇ ਆ, ਪਰ ਪੰਜਾਬ ਦੇ ਪੱਲੇ ਕੀ ਪਿਆ? ਆਏ ਦਿਨ ਕਤਲ ਹੁੰਦੇ ਨੇ, ਆਏ ਦਿਨ ਚਿੱਟਾ ਪੀ ਕੇ ਨੌਜਵਾਨ ਮਰਦੇ ਨੇ। ਆਲੂ 'ਚ ਨੌਜਵਾਨ ਦੀ ਵੀਡੀਓ ਵਾਇਰਲ ਹੁੰਦੀ ਆ, ਚਿੱਟਾ ਲਾਇਆ ਹੋਇਆ ਸੀ, ਪਰ ਨਸ਼ਾ ਤਾਂ ਅੱਜ ਵੀ ਓਨਾ ਹੀ ਹੈ। ਬਿਲਕੁਲ, ਜੇ ਅਸੀਂ ਗੱਲ ਕਰਦੇ ਹਾਂ ਪਿਛਲੇ 2017 ਦੀ ਟਰਮ ਦੀ ਗੱਲ ਕਰਦੇ ਹਾਂ, 2017 ਦੇ ਵਿੱਚ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਤਖ਼ਤ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ, ਹੱਥ ਦੇ ਵਿੱਚ ਗੁਟਕਾ ਸਾਹਿਬ ਫੜਿਆ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦਿਆਂਗਾ। ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਨਹੀਂ ਟੁੱਟਿਆ, ਲੱਕ ਤਾਂ ਉਸ ਪਿਓ ਦਾ ਟੁੱਟਿਆ ਜਿਹਦਾ ਪੁੱਤ ਨਸ਼ੇ। ਮਹਾਰਾਜ ਪਿੰਡ ਦੀ ਕਹਾਣੀ ਦੱਸਦੇ ਆ, ਮਹਾਰਾਜ ਪਿੰਡ ਦੀ ਕਹਾਣੀ ਦੱਸਦੇ ਆ, ਕੈਪਟਨ ਅਮਰਿੰਦਰ ਸਿੰਘ ਦਾ ਖੁਦ ਦਾ ਪਿੰਡ ਆ, ਤਾਂ ਕਰਕੇ ਮਹਾਰਾਜ ਦੀ ਗੱਲ ਕਰਨ ਲੱਗਿਆ। ਦੋ ਸਕੇ ਭਰਾਵਾਂ ਦੀ ਮੌਤ ਹੋ ਜਾਂਦੀ ਆ, ਮਾਂ ਤਣੀ ਤੇ ਪਏ ਕੱਪੜਿਆਂ ਵੱਲ ਦੇਖ ਰਹੀ ਹੁੰਦੀ ਆ ਕਿ ਮੇਰੇ ਪੁੱਤ ਉੱਠ ਖੜਨ, ਚਿੱਟਾ ਪੀ ਕੇ ਨੌਜਵਾਨਾਂ ਦੀ ਮੌਤ ਹੁੰਦੀ ਆ, ਚਿੱਟਾ ਨਸ਼ੇ ਦੇ ਟੀਕੇ ਲੱਗਦੇ ਨੇ, ਆਏ ਦਿਨ ਵੱਧਦੀ ਡੋਜ ਨੌਜਵਾਨਾਂ ਦਾ ਕਾਰਨ ਕੀ ਆ? ਇਹ ਨਸ਼ਾ ਖਾਣ ਦਾ ਜਾਂ ਪੀਣ ਦਾ, ਇਹ ਇੱਕ ਬੜਾ ਵੱਡਾ ਕਾਰਨ ਆ, ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ ਵੱਲ ਤੋਰਿਆ ਨਹੀਂ ਗਿਆ, ਨੌਜਵਾਨਾਂ ਨੂੰ ਪੜ੍ਹਾਇਆ ਹੀ ਨਹੀਂ ਗਿਆ, ਦੱਸਿਆ ਨਹੀਂ ਗਿਆ ਕਿ ਤੁਹਾਡਾ ਪੰਜਾਬ ਕੀ ਸੀ। ਇਤਿਹਾਸ ਦੇ ਉੱਪਰ ਡੇਲੀ ਉਂਗਲਾਂ ਉੱਠਦੀਆਂ ਨੇ। ਇਤਿਹਾਸ ਤੇ ਵੱਡਾ ਸਵਾਲ ਹੈ ਕਿ ਕਿਤਾਬਾਂ 'ਚ ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ। ਬਿਲਕੁਲ, ਗਲਤ ਇਤਿਹਾਸ ਪੜ੍ਹਾਇਆ ਗਿਆ, ਇਹ ਵੀ ਵੱਡਾ ਸਵਾਲ, ਇਹ ਬਹੁਤ ਵੱਡਾ ਸਵਾਲ ਹੈ। ਫਿਰ ਉੱਥੇ ਸਵਾਲ ਇਹ ਵੀ ਉੱਠਦਾ ਕਿ ਵੀ ਪੰਜਾਬ ਦੇ ਸਟੂਡੈਂਟ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ, ਉਹ ਫਿਰ ਕਿਹੜੇ ਦੀ ਕਿਤਾਬ ਪੜ੍ਹਨ, ਕਿਹੜੀਆਂ ਕਿਤਾਬਾਂ ਪੜ੍ਹਨ ਜਿਹਦੇ ਨਾਲ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਲੱਗ ਸਕੇ।
ਪੰਜਾਬ ਦੇ ਵਿਦਿਆਰਥੀ ਤਾਂ ਇੱਥੇ ਦਾ ਇਤਿਹਾਸ ਪੜ੍ਹਨਾ ਹੀ ਨਹੀਂ ਚਾਹੁੰਦੇ, ਉਹ ਤਾਂ ਕਹਿੰਦੇ ਨੇ ਇੱਕ ਆਈਲੈਟਸ ਦਾ ਛੋਟਾ ਜਿਹਾ ਪੇਪਰ ਦਈਏ ਤੇ ਪੰਜਾਬ ਚੋਂ ਭੱਜ ਜਾਈਏ। ਨਹੀਂ, ਇੱਥੇ ਬੜੀ ਵੱਡੀ ਇੱਕ ਅਸੀਂ ਬੜਾ ਟਾਈਮ ਤੋਂ ਦੇਖ ਰਹੇ ਹਾਂ ਨੌਜਵਾਨਾਂ ਦੀ ਜਿਹੜੀ ਆਈਲੈਟਸ ਦੀ ਗੱਲ ਤੁਸੀਂ ਕਰੀ ਆ ਵੀ ਨੌਜਵਾਨ ਕਹਿੰਦੇ ਨੇ ਅਸੀਂ ਆਈਲੈਟਸ ਕਰਕੇ ਬਾਹਰ ਚਲੇ ਜਾਈਏ, ਪਰ ਜਿਹੜੇ ਬਾਹਰਲੇ ਨੌਜਵਾਨ ਆ ਪੰਜਾਬ ਦੇ ਵਿੱਚ ਰਹਿ ਰਹੇ ਨੌਜਵਾਨਾਂ ਨਾਲੋਂ ਵੱਧ ਪਿਆਰ ਪੰਜਾਬ ਨੂੰ ਕਰਦੇ ਨੇ ਉਹ। ਪਰ ਪਿਆਰ ਤਾਂ ਕਰਦੇ ਨੇ ਨਾ, ਇੱਥੋਂ ਭੱਜਣ ਦਾ ਕਾਰਨ ਕੀ ਆ? ਭੱਜਣ ਦਾ ਕਾਰਨ ਇਹੀ ਆ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਨਾ, ਪੰਜਾਬ ਦੇ ਵਿੱਚ ਵੱਧ ਰਹੇ ਜੁਰਮ, ਆਏ ਦਿਨ ਹੋ ਰਹੀਆਂ ਗੈਂਗਵਾਰਾਂ, ਆਏ ਦਿਨ ਹੋ ਰਹੇ ਚਿੱਟੇ ਦੇ ਨਾਲ ਮਰ ਰਹੇ ਨੌਜਵਾਨ। ਸਭ ਤੋਂ ਵੱਡਾ ਜਿਹੜਾ ਕਿ ਇਹ ਮੁੱਦਾ ਹੈਗਾ ਚਿੱਟਾ ਸਮੈਕ, ਜੇ ਇਹਨੂੰ ਲਿਆਉਣ ਵਾਲਾ ਕੌਣ ਆ? ਲਿਆਉਣ ਵਾਲੀਆਂ ਵੀ ਉਹੀ ਸਰਕਾਰਾਂ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਦੌਰਾਨ, ਪਿਛਲੇ ਸਾਲਾਂ ਦੇ ਦੌਰਾਨ, ਕੁਝ ਕੁ ਸਾਲਾਂ ਦੇ ਵਿੱਚ ਹੀ ਇੰਨਾ ਨਸ਼ਾ ਆ ਕਿਵੇਂ ਗਿਆ ਪੰਜਾਬ 'ਚ? ਪੰਜਾਬ ਦੀ ਬਜ਼ੁਰਗ ਜਿਹੜੇ ਪੰਜਾਬ ਦੀ ਬਜ਼ੁਰਗ ਪੀੜ੍ਹੀ ਆ, ਜਿਹੜੇ ਆਪਣੇ ਦਾਦੇ ਨੇ ਜਾਂ ਆਪਣੇ ਪਿਓ ਨੇ, ਉਹਨਾਂ ਤੋਂ ਆਪਾਂ ਕਦੇ ਨਹੀਂ ਸੀ ਸੁਣਿਆ ਵੀ ਇਹ ਨਸ਼ਾ ਵੀ ਹੈਗਾ ਕੋਈ। ਨਹੀਂ ਸੁਣਿਆ। ਇਹ ਨਸ਼ਾ ਕੌਣ ਕਰਦੇ ਨੇ? 17 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਜਵਾਕਾਂ ਨੂੰ ਇਹ ਲੱਤ ਲਾਈ ਜਾਂਦੀ ਹੈ, ਨੌਜਵਾਨ ਕਰਦੇ ਨੇ, ਜ਼ਿਆਦਾਤਰ ਨੌਜਵਾਨ। ਇੱਕ ਪਿੱਛੇ ਜੇ ਖਬਰ ਆਉਂਦੀ ਆ, ਹੁਣ ਆਹ ਥੋੜੇ ਦਿਨਾਂ ਦੀ ਗੱਲ ਆ, ਆਪਾਂ ਗੱਲ ਕਰਦੇ ਹਾਂ, ਦਾਦਾ ਪੋਤਾ ਕਹਿੰਦੇ ਜਾ ਰਹੇ ਸੀ, ਉਹਨੂੰ ਫੜ ਕੇ ਬਦਮਾਸ਼ਾਂ ਨੇ ਚਿੱਟੇ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕਰੀ। ਚਿੱਟੇ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕਰੀ, ਇਹ ਆ ਕਿੱਥੋਂ ਰਿਹਾ? ਕਿਉਂ ਨੀ ਇਹਨੂੰ ਨੱਥ ਪੈ ਰਹੀ? ਜਿੱਥੇ ਇੱਕ ਗਰੰਟੀਆਂ ਦਿੱਤੀਆਂ ਜਾਂਦੀਆਂ ਸੀ ਕਿ ਅਸੀਂ ਇੱਕ ਗਰੰਟੀ ਦਿੱਤੀ ਗਈ 24 ਕਿ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ, ਨਿੱਤ ਖੁਦਕੁਸ਼ੀ ਖੁਦਕੁਸ਼ੀ ਨਹੀਂ ਕਰੂਗਾ। ਇੱਕ ਗਰੰਟੀ ਹੋਰ ਦਿੱਤੀ ਗਈ, ਕਿਸਾਨ ਖੁਸ਼ਹਾਲ ਹੋਜੂਗਾ, ਕਿਸਾਨ ਫਾਹੇ ਲੈ ਕੇ ਮਰ ਰਿਹਾ, ਕਿਸਾਨਾਂ ਦਾ ਜਿਹੜਾ ਨਰਮੇ ਦਾ ਮੁਆਵਜ਼ਾ ਹੁਣ ਕਿਤੇ ਜਾ ਕੇ ਉਹ ਕਹਿੰਦੇ ਕਿ ਲਾਗੂ ਕਰਿਆ ਗਿਆ ਗਾ, ਹੁਣ ਕਿਤੇ ਜਾ ਕੇ ਮਿਲੂਗਾ। ਆਹ ਤਲਵੰਡੀ ਸਾਬੋ ਦਾ ਏਰੀਆ ਤੁਸੀਂ ਦੇਖ ਲਓ, ਆਹ ਬਠਿੰਡਾ ਬਿਲਟ ਦੇਖ ਲਓ, ਮਾਨਸਾ ਬਿਲਟ ਦੇਖ ਲਓ, ਉਹ ਬਿਲਟ ਦੇ ਵਿੱਚ ਨਰਮਾ ਪੱਟੀ ਦਾ ਇਲਾਕਾ ਮੰਨਿਆ ਜਾਂਦਾ, ਉਹ ਜਿੱਥੇ ਨਰਮਾ ਬੀਜ ਕੇ ਲੋਕ ਗੁਜ਼ਾਰਾ ਕਰਦੇ ਨੇ। ਕਿਸਾਨ ਤਾਂ ਕਰਜ਼ਈ ਨੇ, ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਆ ਵੀ ਉਹ ਇੰਨਾ ਟਾਈਮ ਵੇਟ ਕਰ ਸਕਣ? ਉਹ ਤਾਂ ਇੱਕ ਫਸਲ ਦੇ ਜੋ ਉਹਦੀ ਆਮਦਨ ਹੁੰਦੀ ਆ ਉਹਦੀ ਉਹਦਾ ਖਰਚਾ ਕਰਕੇ ਅਗਲੀ ਫਸਲ ਬੀਜਦੇ ਨੇ। ਜਦੋਂ ਮੁਆਵਜ਼ਾ ਹੁਣ ਤੇ ਨਹੀਂ, ਜਦੋਂ 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 ਅਸੀਂ ਇਹ ਗੱਲ ਕਰਦੇ ਹਾਂ ਨਾ ਵੀ ਕਿਸਾਨ ਕਰਜ਼ਈ ਨੇ, ਹਾਂਜੀ ਕਿਸਾਨ ਕਰਜ਼ਈ ਨੇ, ਵਾਕਈ ਕਰਜ਼ਈ ਨੇ, ਅਸੀਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਪਰ ਕਿਤੇ ਨਾ ਕਿਤੇ ਜਾ ਕੇ ਸਾਡੀ ਖੁਦ ਦੀ ਵੀ ਗਲਤੀ ਆ। ਉਹ ਕੀ ਗਲਤੀ ਆ? ਅਸੀਂ ਇੱਕ ਦੂਜੇ ਨੂੰ ਦੇਖ ਕੇ ਚਾਦਰ ਨਾਲੋਂ ਵੱਧ ਪੈਰ ਪਸਾਰੇ ਨੇ। ਹਾਂਜੀ ਉਹ ਕਿਵੇਂ ਪਸਾਰੇ ਨੇ? ਮੇਰੇ ਗਵਾਂਢੀ ਨੇ ਜੋਂਡੀਆਰ ਲਿਆਂਦਾ, ਹਾਂਜੀ ਮੈਂ ਅਰਜਨ ਲੈ ਕੇ ਆਊਂਗਾ, ਬੈਂਕ ਤੋਂ ਕਰਜ਼ਾ ਚੱਕ ਕੇ ਲਿਆਉਣਾ ਪਵੇ, ਚਾਹੇ ਦੀ ਮੈਨੂੰ 1 ਕਿੱਲਾ ਵੇਚਣਾ ਪਵੇ। ਅਸੀਂ ਆਮ ਪਿੰਡਾਂ ਦੇ ਵਿੱਚ ਕਈ ਸੱਥਾਂ ਦੇ ਵਿੱਚ ਬੈਠੇ ਸੁਣਦੇ ਹਾਂ ਯਾਰ, ਜਿੱਥੇ ਇੱਥੋਂ ਵੱਢੀ ਗਈ ਉੱਥੇ ਇੱਥੋਂ ਵੱਢੀ ਜਾਊ, ਜੇ 1/2 ਕਿੱਲਾ ਵੇਚਾਂਗੇ ਉੱਥੇ 1 ਕਿੱਲਾ ਵੇਚ ਦੇਵਾਂਗੇ। ਜੇ ਮੇਰੇ ਗਵਾਂਢੀ ਨੇ 2 ਮੰਜ਼ਲੀ ਕੋਠੀ ਪਾਈ ਤਾਂ ਮੈਂ 3 ਮੰਜ਼ਲੀ ਬਿਲਕੁਲ ਜੇ ਮੇਰੇ ਗਵਾਂਢੀ ਨੇ 2 ਮੰਜ਼ਲੀ ਕੋਠੀ ਪਾਈ ਆ ਮੈਂ 3 ਪਾਉਣੀ ਆ, ਪਰ ਨਾਲ ਨਾਲ ਇਹ ਵੀ ਆ ਕਿ ਮੇਰੇ ਗਵਾਂਢੀ ਕੋਲੇ ਬੁਲਟ ਨਹੀਂ ਹੈਗਾ, ਮੈਂ ਬੁਲਟ ਵੀ ਲੈ ਕੇ ਦੇਣਾ ਦੇ ਮੁੰਡੇ ਨੂੰ। ਮੇਰੇ ਗਵਾਂਢੀ ਦੇ ਮੁੰਡੇ ਕੋਲ ਐਪਲ ਦਾ ਫੋਨ ਨਹੀਂ ਹੈਗਾ, ਮੈਂ ਐਪਲ ਦਾ ਫੋਨ ਵੀ ਲੈ ਕੇ ਦੇਣਾ ਦੇ ਮੁੰਡੇ ਨੂੰ। ਰਹਿੰਦੀ ਖੁੰਦੀ ਕਸਰ ਸਾਡੀਆਂ ਸਰਕਾਰਾਂ ਨੇ ਕਰਤੀ, 2 ਸਾਲ ਹੋ ਗਏ ਕਰੋਨਾ ਮਹਾਮਾਰੀ ਆਈ, ਠੀਕ ਆ ਮਹਾਮਾਰੀ ਆਈ, ਉਹਦਾ ਹੱਲ ਕੀ ਆ? ਹੁਣ ਫੇਰ ਕਹਿ ਰਹੇ ਨੇ ਕਿ ਕਰੋਨਾ ਦੇ ਕੇਸ ਵੱਧ ਗਏ, ਫੇਰ ਕਹਿ ਰਹੇ ਨੇ ਕਿ ਕਰੋਨਾ ਦੇ ਕੇਸ ਵੱਧ ਗਏ। ਹਰ ਇੱਕ ਦੇ ਹੱਥ ਦੇ ਵਿੱਚ ਫੋਨ ਦੇਤਾ, ਫੋਨ ਹਰ ਇੱਕ ਜਵਾਕ ਨੂੰ, ਪੱਬਜੀ ਦਾ ਪਤਾ, ਪਰ ਹਰ ਇੱਕ ਜਵਾਕ ਨੂੰ ਇਹ ਨਹੀਂ ਪਤਾ ਕਿ ਕਰਤਾਰ ਸਿੰਘ ਝੱਬਰ ਕੌਣ ਸੀ ਤੇ ਲਛਮਣ ਸਿੰਘ ਧਾਰੋਵਾਲ ਕੌਣ ਸੀ। ਹਰ ਇੱਕ ਨੂੰ ਇਹ ਪਤਾ ਕਿ ਚੌਥਾ ਪਿੱਗ ਲਾ ਕੇ ਤੇਰੀ ਬਾਂਹ ਫੜਨੀ, ਕਿਸੇ ਨੂੰ ਇਹ ਨਹੀਂ ਪਤਾ ਕਿ ਹਰੀ ਸਿੰਘ ਨਲੂਏ ਨੇ ਜਾ ਕੇ ਅਫਗਾਨਿਸਤਾਨ ਫਤਿਹ ਕਰਿਆ ਸੀ। ਸਰਕਾਰ ਨੇ ਵਾਅਦਾ ਕੀਤਾ ਤੁਹਾਨੂੰ ਸਮਾਰਟ ਫੋਨ ਦੇਵਾਂਗੇ, ਪਰ ਇਹ ਵਾਅਦਾ ਨਹੀਂ ਕੀਤਾ ਕਿ ਤੁਹਾਨੂੰ ਸਾਹਿਤ ਦੀਆਂ ਕਿਤਾਬਾਂ ਦੇਵਾਂਗੇ। ਸਰਕਾਰਾਂ ਵਾਅਦੇ ਵੀ ਇਹੋ ਜਿਹੇ ਕਰਦੀਆਂ ਨੇ। ਕਿੰਨਿਆਂ ਨੂੰ ਮਿਲ ਗਿਆ ਸਮਾਰਟਫੋਨ? ਕਿੰਨਿਆਂ ਨੂੰ ਮਿਲ ਗਿਆ? ਸਵਾਲ ਤਾਂ ਇਹ ਵੀ ਖੜਾ ਹੁੰਦਾ, ਸਰਕਾਰ ਨੇ ਕਿਹਾ ਸਮਾਰਟ ਸਕੂਲ ਬਣਾ ਦੇਵਾਂਗੇ, ਕਿੰਨੇ ਕੁ ਸਕੂਲ ਬਣ ਗਏ? ਉਹ ਸਮਾਰਟ ਸਕੂਲ ਬਾਹਰੋਂ ਤਾਂ ਬਣ ਗਏ ਪਰ ਅੰਦਰੋਂ ਉਹੀ ਫੇਰ, ਠੀਕ ਆ, ਬਾਹਰੋਂ ਰੰਗ ਰੋਗਨ ਕਰਕੇ ਸਕੂਲ ਸਮਾਰਟ ਨਹੀਂ ਬਣ ਸਕਦਾ। ਸਕੂਲ ਉਦੋਂ ਸਮਾਰਟ ਬਣੂਗਾ ਜਦੋਂ ਉੱਥੇ ਬੇਰੁਜ਼ਗਾਰ ਟੈਂਕੀਆਂ ਦੇ ਚੜਾ ਟੈਂਕੀ ਤੇ ਬੈਠਾ ਰਿਹਾ, ਟਾਵਰ ਤੇ ਬੈਠੇ ਰਹੇ ਨੌਜਵਾਨ। ਪਿਛਲੀ 111 ਦਿਨਾਂ ਦੀ ਸਰਕਾਰ ਚੰਨੀ ਨੇ ਵੀ ਚਲਾਈ, CM ਰਹੇ ਨੇ, ਉਦੋਂ ਵੀ ਬੇਰੁਜ਼ਗਾਰ ਟੈਂਕੀਆਂ ਦੇ ਚੜ ਕੇ ਬੈਠੇ ਰਹੇ। ਅੱਜ ਵੀ ਖਰੜ ਦੀਆਂ ਸੜਕਾਂ ਗਵਾਹੀ ਭਰਦੀਆਂ ਨੇ, ਅੱਜ ਵੀ ਖਰੜ ਦੀਆਂ ਟੈਂਕੀਆਂ ਗਵਾਹੀ ਭਰਦੀਆਂ ਨੇ, ਅੱਜ ਵੀ ਪੰਜਾਬ ਪੁਲਿਸ ਦੇ ਡੰਡੇ ਗਵਾਹੀ ਭਰਦੇ ਨੇ, ਤੇ ਅੱਜ ਵੀ ਉਹ ਨੌਜਵਾਨਾਂ ਦੀਆਂ ਲਹੀਆਂ ਪੱਗਾਂ ਗਵਾਹੀ ਭਰਦੀਆਂ ਨੇ, ਤੇ ਧੀਆਂ ਦੀਆਂ ਚੁੰਨੀਆਂ ਉੜਦਿਆਂ ਗਵਾਹੀ ਭਰਦੀਆਂ ਨੇ ਕਿ ਤੁਸੀਂ ਪੰਜਾਬ ਦੇ ਲਈ ਕੀਤਾ ਕੀ ਆ। ਅੱਜ ਨਵੀਂ ਸਰਕਾਰ ਤੋਂ ਬੜੀਆਂ ਉਮੀਦਾਂ ਸੀ, ਆਮ ਆਦਮੀ ਪਾਰਟੀ ਤੋਂ ਬੜੀਆਂ ਉਮੀਦਾਂ ਸੀ ਲੋਕਾਂ ਨੂੰ। ਕੀ ਉਮੀਦ ਸੀ? ਕਿ ਇਹਨਾਂ ਨੇ ਆਉਂਦਿਆਂ ਸਾਰ ਰੁਜ਼ਗਾਰ ਬੇਰੁਜ਼ਗਾਰਾਂ ਨੂੰ ਪੱਕੇ ਕਰਨਾ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਨੇ, ਪਰ ਉਹ ਨੌਕਰੀਆਂ ਕਿੱਥੇ ਨੇ? ਮੀਤ ਹਜ਼ਾਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾਓ ਅੱਜ ਵੀ ਬੇਰੁਜ਼ਗਾਰ ਕਰਦੇ ਨੇ, ਉੱਥੇ ਵੀ ਪੱਗਾਂ ਲੈਂਦੀਆਂ ਨੇ, ਉੱਥੇ ਵੀ ਡਾਂਗਾਂ ਵਰਦੀਆਂ ਨੇ। ਪਿਛਲੇ ਦਿਨਾਂ ਦੀ ਖਬਰ ਆ, ਅਖਬਾਰਾਂ ਦੀਆਂ ਸੁਰਖੀਆਂ ਬਣੀ ਖਬਰ ਆ ਉਹ, ਫਿਰ ਤਾਂ ਬਦਲਾਵ ਕੋਈ ਆਇਆ ਹੀ ਨਹੀਂ। ਜੇ ਅਸੀਂ ਬਦਲਾਵ ਦੀ ਗੱਲ ਕਰਦੇ ਹਾਂ, ਬਦਲਾਵ ਉਹਨਾਂ ਲੋਕਾਂ ਦੇ ਲਈ ਜ਼ਰੂਰ ਆਇਆ ਜਿਹੜੇ ਲੋਕ ਆਮ ਘਰਾਂ ਦੇ ਵਿੱਚੋਂ ਕਹਿੰਦੇ ਸੀ ਅਸੀਂ ਉੱਠ ਕੇ MLA ਦੀ ਕੁਰਸੀ ਤੱਕ ਪਹੁੰਚ ਗਏ।
ਪਰ ਉਹਨਾਂ ਲੋਕਾਂ ਦੇ ਲਈ ਨਹੀਂ ਬਦਲਾ ਆਇਆ ਜਿਹੜੇ ਲੋਕ ਨਿੱਤ ਮਰੇ ਦੀ ਜ਼ਿੰਦਗੀ ਜਿਉਂਦੇ ਨੇ, ਜਿਹੜੇ ਲੋਕ ਨਿੱਤ ਮਰਦੇ ਨੇ ਤੇ ਨਿੱਤ ਆਸ ਲੈ ਕੇ ਉੱਠਦੇ ਨੇ ਕਿ ਅੱਜ ਸ਼ਾਇਦ ਕੁਛ ਚੰਗਾ ਹੋਊ। ਭਗਵੰਤ ਮਾਨ ਖੁਦ ਅਸੀਂ ਕਹਿੰਦੇ ਸੁਣੇ ਨੇ ਸਟੇਜਾਂ ਤੇ ਕਿ ਮਾਂ ਦਹੀਂ ਦੇ ਵਿੱਚ ਖੰਡ ਪਾ ਕੇ ਆਪਦੇ ਪੁੱਤ ਦੇ ਮੂੰਹ ਚ ਪਾ ਕੇ ਤੋਰਦੀ ਹੈ ਕਿ ਮੇਰਾ ਪੁੱਤ ਨੌਕਰੀ ਲੈ ਕੇ ਆਊਗਾ, ਪਰ ਸਿੱਖਿਆ ਮੰਤਰੀ ਦੀ ਕੋਠੀ ਅੱਜ ਵੀ ਗਵਾਹੀ ਭਰਦੀ ਆ, ਮੀਤ ਹੈਰ ਦੀ ਕੋਠੀ ਅੱਜ ਵੀ ਗਵਾਹੀ ਭਰਦੀ ਆ ਕਿ ਇੱਥੇ ਵੀ ਬੇਰੁਜ਼ਗਾਰਾਂ ਦਾ ਧਰਨਾ ਲੱਗਿਆ ਸੀ, ਉੱਤੇ ਵੀ ਪੱਗਾਂ ਲਹਾ ਕੇ। ਬਿਲਕੁਲ ਜੀ, ਪੰਜਾਬ ਦੇ ਮੁੱਦੇ ਬੜੇ ਨੇ। ਪੰਜਾਬ ਦੀ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਇੱਕ ਉਸ ਦੌਰ ਵਿੱਚ ਦੀ ਲੰਘ ਰਿਹਾ ਜਿਹੜਾ ਦੌਰ ਪੰਜਾਬ ਦੇ ਲਈ ਬੜਾ ਘਾਤਕ ਹੋ ਸਕਦਾ, ਬੜਾ ਬੜਾ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ। ਪੰਜਾਬ ਨੇ ਪਹਿਲੀ ਵਾਰ ਨਹੀਂ ਕੋਈ ਸੰਤਾਪ ਹੋ ਗਿਆ, ਪੰਜਾਬ 1947 'ਚ ਵੰਡਿਆ ਗਿਆ, ਪੰਜਾਬ 1966 'ਚ ਵੰਡਿਆ ਗਿਆ। ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, 1984 'ਚ ਪੰਜਾਬ ਨੇ ਸੰਤਾਪ ਹੋ ਗਿਆ, ਪੰਜਾਬ ਨੇ ਇਸ ਤੋਂ ਪਹਿਲਾਂ ਵੀ ਸੰਤਾਪ ਹੋ ਗਿਆ। ਜਦੋਂ ਅਸੀਂ ਗੱਲ ਕਰਦੇ ਹਾਂ ਜਦੋਂ ਅਬਦਾਲੀ ਵਰਗੇ ਆਉਂਦੇ ਹੁੰਦੇ ਸੀ, ਪੰਜਾਬ ਦਾ ਇੱਕ ਪਰਮੇਸ਼ਰ ਦੁਆਰ ਬਣਿਆ ਸੀ, ਪੰਜਾਬ ਰਾਹੀਂ ਉਹ ਲੰਘਦੇ ਸੀ, ਜਾਂਦੇ ਹੋਏ ਪੰਜਾਬੀਆਂ ਨਾਲ ਲੜਦੇ ਸੀ ਤੇ ਆਉਂਦੇ ਹੋਏ ਪੰਜਾਬੀਆਂ ਨਾਲ ਲੜਦੇ ਸੀ, ਠੀਕ ਹੈ ਜੀ। ਇੱਥੇ ਇੱਕ ਕਹਾਵਤ ਬਣੀ ਸੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਇਹ ਕਹਾਵਤ ਵਾਕਈ ਸੱਚ ਸੀਗੀ। ਹੁਣ ਕੀ ਆ, ਹੁਣ ਵੀ ਉਹੀ ਕਹਾਵਤ ਸੱਚ ਹੁੰਦੀ ਆ, ਜਿਹੜਾ ਕਿਸੇ ਕਿਸਾਨ ਨੇ ਜਾਂ ਕਿਸੇ ਨੌਜਵਾਨ ਨੇ ਖਾ ਲਿਆ ਪੀ ਲਿਆ ਉਹੀ ਉਹਦਾ, ਬਾਕੀ ਤਾਂ ਕਰਜ਼ੇ 'ਚ ਡੁੱਬ ਗਿਆ, ਕਰਜ਼ੇ 'ਚ ਡੁੱਬ ਗਿਆ। ਅੱਜ ਵੀ ਉਹ ਕਹਾਵਤਾਂ ਨੇ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਇੱਕ ਉਹ ਸਟੇਟ ਆ ਜਿਹੜੀ ਸਟੇਟ ਦੇ ਨਾਲ ਕਿਸੇ ਨੇ ਵੀ ਮੱਥਾ ਲਾਇਆ ਪਰ ਕੇਰਾਂ ਦਾ ਪੰਜਾਬ ਖੜਾ ਹੋਇਆ। ਕਿਸਾਨੀ ਅੰਦੋਲਨ ਦੀ ਧਾਰਨਾ, ਤਾਜ਼ੀ ਧਾਰਨਾ, ਕਿਸਾਨੀ ਅੰਦੋਲਨ ਦੀ ਧਾਰਨਾ ਇੱਕ ਤਾਜ਼ੀ ਧਾਰਨਾ। ਕਿਸਾਨੀ ਅੰਦੋਲਨ ਦੇ ਵਿੱਚ ਬੜੇ ਲੋਕਾਂ ਨੇ, ਜਿਹੜੇ ਪੰਜਾਬ ਪੱਖੀ ਸੀ, ਬੜੇ ਲੋਕਾਂ ਨੇ ਉੱਭਰ ਕੇ ਸਾਹਮਣੇ ਸਾਥ ਦਿੱਤਾ, ਪਰ ਉੱਥੇ ਕੀ ਆ, ਉੱਥੇ ਕਿਸਾਨ ਆਪਦਿਆਂ ਨੂੰ ਹੀ ਗਦਾਰ ਕਹਿਣ ਲੱਗ ਗਏ, ਆਪਦਿਆਂ ਨੂੰ ਗਦਾਰ ਕਹਿਣ ਲੱਗ ਗਏ, ਸਟੇਜ ਤੋਂ ਭੰਡਣ ਲੱਗ ਗਏ, ਕਹਿੰਦੇ ਸਾਡੇ ਨੀ ਹੈਗੇ, ਆਪਸ 'ਚ ਫੁੱਟਾ ਪਾਉਣ, ਆਪਸ 'ਚ ਫੁੱਟਾ। ਗੱਲ ਕੀ ਆ, ਗੱਲ ਸਾਡੀ ਹੋਣ ਦੀ ਆ, ਜਿਹੜੀ ਗੱਲ ਕਿਤੇ ਨਾ ਕਿਤੇ ਜਾ ਕੇ ਦੀਪ ਸਿੱਧੂ ਕਰਦਾ ਹੁੰਦਾ ਸੀ, ਗੱਲ ਸਾਡੀ ਹੋਣ ਦੀ ਆ, ਅਸੀਂ ਹੋਣ ਦੀ ਲੜਾਈ ਲੜ ਰਹੇ ਹਾਂ। ਬੰਦੀ ਸਿੰਘਾਂ ਦੀ ਗੱਲ ਆਉਂਦੀ ਆ ਤਾਂ ਦੀਪ ਸਿੱਧੂ ਨੇ ਉਦੋਂ ਵੀ ਕਿਹਾ ਵੀ ਬੰਦੀ ਸਿੰਘਾਂ ਦੀ ਗੱਲ ਕਰਨੀ ਚਾਹੀਦੀ ਆ। ਫਿਰ ਕੱਲ੍ਹ ਸੁਖਬੀਰ ਸਿੰਘ ਬਾਦਲ ਦਾ ਬਿਆਨ ਆ ਜਾਂਦਾ, ਉਹ ਕਹਿੰਦੇ ਵੀ ਸਾਡੇ ਵਿਚਾਰਕ ਮਤਭੇਦ ਨੇ, ਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਹੋਰ ਤਾਂ ਕਰ ਲਏ, ਪਰ ਕਿਸੇ ਨੇ ਇਹ ਵਾਅਦਾ ਨਹੀਂ ਕੀਤਾ ਵੀ ਅਸੀਂ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਾਂਗੇ। ਦੇਖੋ, ਬੰਦੀ ਸਿੰਘਾਂ ਦੀ ਜਿਹੜੀ ਗੱਲ ਆ, 26-26 ਸਾਲ ਹੋ ਗਏ, 20-20 ਸਾਲ ਤੋਂ ਉੱਪਰ ਦੀਆਂ ਗੱਲਾਂ ਹੋ ਗਈਆਂ, ਜਿਹੜੇ ਉਹ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ, ਹੈ ਨਾ, ਜੇਲ੍ਹਾਂ ਦੇ ਵਿੱਚ ਕਾਲ ਕੋਠੜੀਆਂ ਦੇ ਵਿੱਚ ਬੈਠੇ ਨੇ। ਹੁਣ ਪ੍ਰੋਫੈਸਰ ਭੁੱਲਰ ਦੀ ਗੱਲ ਕਰਦੇ ਹਾਂ ਆਪਾਂ, ਪ੍ਰੋਫੈਸਰ ਭੁੱਲਰ ਹੋਰੇ ਉਹ ਬੰਦੇ ਨੇ ਜਿਹੜੇ ਬੰਦੇ ਆਏ, ਮਤਲਬ ਆਪਦੀ ਜ਼ਿੰਦਗੀ ਗਾਲ ਲਈ, ਉਹ ਉੱਥੇ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋਈਆਂ, ਕਦੇ ਉਹਨਾਂ ਨੂੰ ਬਾਹਰ ਦਾ ਕੋਈ ਰਸਤਾ ਨਹੀਂ ਦਿਖਾਇਆ ਗਿਆ। ਇੱਥੇ ਉਹ ਲੋਕਾਂ ਨੂੰ ਪੈਰੋਲ ਤਾਂ ਮਿਲ ਸਕਦੀ ਆ ਜਿਹੜੇ ਲੋਕਾਂ ਨੇ ਕਿਤੇ ਨਾ ਕਿਤੇ ਜਾ ਕੇ ਸਰਕਾਰ ਨੂੰ ਵੀ ਟਾਰਗੇਟ ਕਰਿਆ, ਆਪਦੇ ਆਪ ਨੂੰ ਬਾਬੇ ਕਹਾਉਣ ਵਾਲੇ ਬਲਾਤਕਾਰੀ ਵੀ ਬਣੇ ਨੇ, ਉਹਨਾਂ ਨੂੰ ਪੈਰੋਲ ਤਾਂ ਮਿਲ ਸਕਦੀ ਆ, ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਪੈਰੋਲ ਨਹੀਂ ਮਿਲ ਸਕਦੀ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਗਈਆਂ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਕੱਟ ਲਈਆਂ ਉਹਨਾਂ ਨੇ, ਜਿਨ੍ਹਾਂ ਨੇ ਆਪਦੀ ਕੌਮ ਦੀ ਗੱਲ ਕਰੀ ਹਮੇਸ਼ਾ, ਉਹਨਾਂ ਲੋਕਾਂ ਨੂੰ ਪੈਰੋਲ ਨਹੀਂ ਮਿਲ ਸਕਦੀ, ਕਿਉਂਕਿ ਉਹ ਇੱਕ ਸਿੱਖ ਨੇ, ਉਹਨਾਂ ਦਾ ਕਸੂਰ ਇਹੀ ਆ, ਉਹ ਸਿੱਖ ਨੇ ਜਾਂ ਉਹ ਪੰਜਾਬ ਲਈ ਲੜੇ ਨੇ, ਉਹਨਾਂ ਦਾ ਕਸੂਰ ਹੀ ਇਹ ਆ ਬਸ, ਹੋਰ ਕੋਈ ਕਸੂਰ ਨਹੀਂ ਉਹਨਾਂ ਦਾ। ਬਿਲਕੁਲ, ਜੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮੁੱਦੇ ਬੜੇ ਨੇ। ਪੰਜਾਬ ਤਾਂ ਇੱਕ ਉਹ ਸਟੇਟ ਆ, ਪੰਜਾਬ ਦੇ ਪਾਣੀਆਂ ਦੀ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਸੀ, ਪੰਜਾਬ ਦੇ ਪਾਣੀ ਨੇ ਜਿਹੜੇ ਉਹ ਲੁੱਟੇ ਜਾ ਰਹੇ ਨੇ। ਪੰਜਾਬ ਪੱਲੇ ਕੀ ਆ, ਪੰਜਾਬ ਦੇ ਪੱਲੇ ਕੁਛ ਵੀ ਨਹੀਂ, ਪੰਜਾਬੀ ਬੋਲੀ ਪੰਜਾਬ ਤੋਂ ਖੋਹੀ ਜਾ ਰਹੀ ਆ, ਠੀਕ ਆ, ਪੰਜਾਬ ਦਾ ਸੱਭਿਆਚਾਰ ਪੰਜਾਬ ਤੋਂ ਖੋਹਿਆ ਜਾ ਰਿਹਾ, ਪੰਜਾਬ ਦੇ ਗਿੱਧੇ ਭੰਗੜੇ ਮੇਲੇ ਕਿੱਧਰ ਗਏ, ਹੋ ਰੀਤੀ ਰਿਵਾਜ। ਅਸੀਂ ਗੱਲ ਇਹ ਕਰਦੇ ਹੁੰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪਰ ਮਾਨ ਸਾਹਿਬ ਤੁਹਾਡੀ ਸਰਕਾਰ ਆ, ਅਸੀਂ ਕੋਈ ਟਿੱਪਣੀ ਨਹੀਂ ਕਰ ਰਹੇ ਕਿਉਂਕਿ ਵਿਰੋਧੀ ਧਿਰਾਂ ਨੇ ਵੀ 6-6 ਮਹੀਨਿਆਂ ਦਾ ਸਮਾਂ ਦਿੱਤਾ ਤੁਹਾਨੂੰ, ਪਰ ਇੱਕ ਪੱਤਰਕਾਰ ਹੋਣ ਦੇ ਨਾਂ ਤੇ ਹਰ ਇੱਕ ਦਾ ਇਹ ਫਰਜ਼ ਬਣਦਾ, ਸਟੂਡੈਂਟ ਖਾਸ ਕਰਕੇ ਸਟੂਡੈਂਟ ਹੋਣ ਦੇ ਨਾਂ ਤੇ ਵੀ ਇਹ ਫਰਜ਼ ਬਣਦਾ ਹੁੰਦਾ ਕਿ ਅਸੀਂ ਉਹਨਾਂ ਸਰਕਾਰਾਂ ਨੂੰ ਨੌਜਵਾਨ ਆਗੇ ਵੀ ਸਹੀ ਨਿਗਾਹ ਦੇ ਨਾਲ ਦੇਖੀਏ, ਜੇ ਉਹ ਗਲਤ ਕਰ ਰਹੀਆਂ ਤਾਂ ਗਲਤ ਆ, ਜੇ ਉਹ ਸਹੀ ਕਰ ਰਹੀਆਂ ਤਾਂ ਸਹੀ ਆ। ਦੇਖੋ ਪੰਜਾਬ ਦੀ ਗੱਲ ਕਰਦੇ ਹਾਂ, ਰਾਜ ਸਭਾ ਦੇ ਵਿੱਚ ਮੈਂਬਰ ਕਿਹੜੇ ਭੇਜੇ ਗਏ, ਦੋ ਮੈਂਬਰ ਜਿਹੜੇ ਕਹਿੰਦੇ ਸੀ ਅਸੀਂ ਸਿੱਖਿਆ ਦੇ ਸਿਹਤ ਦੀ ਗੱਲ ਕਰਾਂਗੇ, ਉਹਨਾਂ ਦੇ ਵਿੱਚੋਂ ਕਿਹੜਾ ਗਿਆ ਜੀ, ਸਰਕਾਰੀ ਯੂਨੀਵਰਸਿਟੀ ਦੇ ਵਿੱਚੋਂ ਕੌਣ ਗਿਆ,
ਕੋਈ ਨਹੀਂ ਗਿਆ, ਲਵਲੀ ਯੂਨੀਵਰਸਿਟੀ ਦਾ ਚਾਂਸਲਰ ਗਿਆ, ਠੀਕ ਆ, ਪ੍ਰਾਈਵੇਟ ਯੂਨੀਵਰਸਿਟੀ ਆ ਉਹ। ਜਦੋਂ ਭਗਵੰਤ ਮਾਨ ਵਿਰੋਧੀ ਚਰਚ ਸੀ ਉਹਨਾਂ ਨੇ ਕਿਹਾ ਸੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਵਿੱਚ ਭੇਜੋ। ਬੀਬੀ ਪਰਮਜੀਤ ਕੌਰ ਖਾਲੜਾ ਕੀ ਹੁਣ ਭਗਵੰਤ ਮਾਨ ਸਾਹਿਬ ਨੂੰ ਦੇਖ ਨਹੀਂ ਰਹੇ ਸੀ ਵੀ ਬੀਬੀ ਖਾਲੜਾ ਵੀ ਬੈਠੇ ਨੇ? ਹਾਂਜੀ। ਕੀ ਹੁਣ ਮਾਨ ਸਾਹਿਬ ਨੂੰ ਇਹ ਨਹੀਂ ਸੀ ਦੇਖ ਰਹੇ ਵੀ ਪੰਜਾਬ ਦੇ ਹਿਤੈਸ਼ੀ ਉਹ ਬੈਠੇ ਨੇ ਲੋਕ? ਹਾਂਜੀ, ਪੰਜਾਬ ਦੀ ਗੱਲ ਕਰਨ ਵਾਲੇ ਬੈਠੇ ਨੇ, ਫਿਰ ਬੀਬੀ ਖਾਲੜਾ ਨੂੰ ਕਿਉਂ ਨਹੀਂ ਭੇਜਿਆ? ਇੱਕ ਤਰ੍ਹਾਂ ਨਾਲ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਹੋ ਜਾਂਦੀ ਹੈ ਵੀ ਪੰਜਾਬ ਦੇ ਹੱਕਾਂ ਦੇ ਜੋ ਰਾਖੇ ਸੀ ਵੀ ਉਹਨਾਂ ਦੇ ਪਤਨੀ ਨੂੰ ਭੇਜਿਆ ਗਿਆ, ਪਰ ਹੁਣ ਤਾਂ ਉਹ ਚੁਣ ਲਏ ਜਿਨ੍ਹਾਂ ਨੂੰ ਸੌ ਵੀ ਰਾਜ ਸਭਾ 'ਚ ਅੰਗਰੇਜ਼ੀ 'ਚ ਭਾਸ਼ਾ 'ਚ ਚੱਕਦੇ ਨੇ, ਉਹ ਪੰਜਾਬੀ ਭਾਸ਼ਾ ਦੀ ਕੀ ਰਾਖੀ ਕਰ ਲੈਣਗੇ? ਦੇਖੋ ਅਸੀਂ ਗੱਲ ਉਹੀ ਹੈ ਨਾ, ਫਿਰ ਦੁਬਾਰੇ ਉੱਥੇ ਆਉਂਦੀ ਆ, ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਮੋੜ ਘੋੜ ਬੋਤੀ ਬੋੜ ਥੱਲੇ, ਹੈ ਨਾ ਜੀ, ਬਾਣੀਆਂ ਕਹਿੰਦਾ ਥੜੇ ਤੇ ਨਾ ਚੜੀ ਜੱਟ ਕਹਿੰਦਾ ਪੂਰਾ ਤੋਲੀ। ਇਹ ਇੱਕ ਬੜੀਆਂ ਅਹਿਮ ਜਿਹੀਆਂ ਕਹਾਵਤਾਂ ਨੇ ਜਿਹੜੀਆਂ ਕਿ ਆਪਾਂ ਨੋਰਮਲ ਬੋਲਦੇ ਹਾਂ ਤੇ ਢੁਕਦੀਆਂ ਵੀ ਨੇ ਸਰਕਾਰਾਂ ਦੇ, ਇਹ ਬਜ਼ੁਰਗਾਂ ਤੋਂ ਚੱਲੀਆਂ ਆਈਆਂ ਨੇ, ਇਹ ਇਹ ਢੁਕਦੀਆਂ ਵੀ ਨੇ, ਕਿਉਂਕਿ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਨਾਲ ਸਾਡੀ ਲਾਗ ਡਾਟ ਹੋ ਜੇ ਉਦੋਂ ਅਸੀਂ ਕਹਿੰਦੇ ਹੁੰਦੇ ਵੀ ਮੈਂ ਤਾਂ ਯਾਰ ਤੇਰੇ ਆਊਂਗਾ, ਉਹ ਕਹਿੰਦਾ ਯਾਰ ਮੇਰੇ ਥੜੇ ਤੇ ਨਾ ਚੜੀ, ਮੈਂ ਤੈਨੂੰ ਬੁਲਾਉਣਾ ਹੀ ਨਹੀਂ, ਠੀਕ ਆ, ਉਹ ਉਹ ਕਹਾਵਤਾਂ ਨੇ ਇਹ। ਪਰ ਅਸੀਂ ਇੱਥੇ ਇੱਕ ਉਹ ਰੋਲ ਅਦਾ ਕਰ ਰਹੇ ਹਾਂ ਜਿਹੜਾ ਰੋਲ ਸਾਨੂੰ ਬਾਕੀ ਪੰਜਾਬ ਦੀ ਆਵਾਜ਼ ਬਣ ਕੇ ਚੁੱਕਣਾ ਚਾਹੀਦਾ। ਇੱਥੇ ਯਾਰ ਬੜੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ, ਸੰਦੀਪ ਨੰਗਲਮ ਵੀ ਆ ਕਬੱਡੀ ਦਾ ਸਟਾਰ ਸੀ, ਉਹਦਾ ਭਰੇ ਗਰਾਊਂਡ ਦੇ ਵਿੱਚ ਕਤਲ ਹੋ ਗਿਆ ਗੋਲੀਆਂ ਮਾਰ ਕੇ। ਫਿਰ ਪਟਿਆਲੇ ਦੀ ਘਟਨਾ ਆਉਂਦੀ ਆ, ਉੱਥੇ ਗੋਲੀਆਂ ਵੱਜ ਜਾਂਦੀਆਂ ਨੇ। ਅਸੀਂ ਪੰਜਾਬ ਦੀ ਆਸ ਕੀ ਕਰਦੇ ਹਾਂ ਜੇ ਜੇਕਰ ਅਸੀਂ ਪੰਜਾਬ ਦੇ ਵਿੱਚ ਪਟਿਆਲੇ ਦੀ ਇੱਕ ਆ ਥੋੜੇ ਦਿਨ ਹੋ ਗਏ, 29 ਤਰੀਕ ਦੀ ਗੱਲ ਆ, 29 ਤਰੀਕ ਨੂੰ ਘਟਨਾ ਹੁੰਦੀ ਆ ਪਟਿਆਲੇ ਦੇ ਵਿੱਚ, ਭਾਈ ਬਰਜਿੰਦਰ ਸਿੰਘ ਪਰਮਾਨਾ ਦੀ ਇੱਕ ਪਾਸੇ ਜਥਾ ਹੁੰਦਾ, ਇੱਕ ਪਾਸੇ ਸਿੱਖ ਜਥੇਬੰਦੀਆਂ ਹੁੰਦੀਆਂ ਨੇ, ਸਿੱਖ ਹੁੰਦੇ ਨੇ, ਇੱਕ ਪਾਸੇ ਸ਼ਿਵ ਸੈਨਾ ਵਾਲੇ ਹੁੰਦੇ ਨੇ, ਦੋਨਾਂ ਦੇ ਵਿੱਚ ਆਪਸੀ ਟਕਰਾਅ ਹੁੰਦਾ। ਪਰ ਉੱਥੇ ਜਦੋਂ ਪਟਿਆਲੇ ਦੇ ਲੋਕਾਂ ਨਾਲ ਗੱਲ ਕਰੀ ਦੀ ਜਾ ਕੇ ਪਟਿਆਲੇ ਦੇ ਲੋਕ ਕਹਿੰਦੇ ਨੇ ਕਿ ਸਾਡਾ ਤਾਂ ਭਾਈਚਾਰਾ ਹੀ ਬਹੁਤ ਜ਼ਿਆਦਾ ਆ, ਆਮ ਲੋਕ ਨਹੀਂ ਲੜਦੇ, ਆਮ ਲੋਕ ਜਮੇ ਨਹੀਂ ਲੜਦੇ, ਕਿਉਂਕਿ ਆਮ ਲੋਕਾਂ ਨੂੰ ਪਤਾ ਕਿ ਸਾਨੂੰ ਇਹਦੇ ਬਿਨਾਂ ਨਹੀਂ ਸਰਨਾ। ਹੱਥ ਨੇ ਸਾਨੂੰ ਦਾਲ ਦੀ ਕੌਲੀ ਵੀ ਇਹਦੇ ਘਰੋਂ ਮੰਗਣੀ ਪੈ ਸਕਦੀ ਆ, ਹੱਥ ਨੇ ਸਾਨੂੰ ਲੂਣ ਵੀ ਇਹਦੇ ਘਰੋਂ ਮੰਗਣਾ ਪੈ ਸਕਦਾ, ਆਮ ਲੋਕਾਂ ਨੂੰ ਇਹ ਪਤਾ। ਪਰ ਜੇਕਰ ਅਸੀਂ ਗੱਲ ਕਰਦੇ ਹਾਂ, ਉਹ ਲੋਕ ਹਮੇਸ਼ਾ ਲੜਾਈ ਭਾਲਦੇ ਨੇ ਜਿਹੜੇ ਲੋਕ ਸਕਿਉਰਟੀ ਚਾਹੁੰਦੇ ਹੁੰਦੇ ਨੇ ਜਾਂ ਜਿਹੜੇ ਲੋਕ ਫੇਮਸ ਹੋਣਾ ਚਾਹੁੰਦੇ ਹੁੰਦੇ ਨੇ। ਹੁਣ ਤੁਸੀਂ ਐਂ ਦੇਖੋ, ਇਹਦੇ ਵਿੱਚ ਹਰੀਸ਼ ਸਿੰਗਲੇ ਨੇ ਪਹਿਲਾਂ ਬਿਆਨ ਦਿੱਤਾ ਕਿ ਅਸੀਂ ਖਾਲਿਸਤਾਨ ਮੁਰਦਾਬਾਦ ਦਾ ਇੱਕ ਮਾਰਚ ਕੱਢਾਂਗੇ। ਬਰਜਿੰਦਰ ਸਿੰਘ ਪਰਮਾਨਾ ਜਾ ਕੇ ਮਿਲਦੇ ਰਹੇ, ਨਾਨਕ ਸਿੰਘ SSP ਨਾਨਕ ਸਿੰਘ ਨੇ ਬੜਾ ਵਧੀਆ ਰੋਲ ਅਦਾ ਕੀਤਾ। ਨਾਨਕ ਸਿੰਘ ਨੇ ਕਿਸੇ ਨੂੰ ਮਾਰਿਆ ਨਹੀਂ, ਕਿਸੇ ਨੂੰ ਕੁੱਟਿਆ ਨਹੀਂ, ਬੜੇ ਵਧੀਆ ਤਰੀਕੇ ਨਾਲ ਉਹ ਜਿਹੜੀ ਸਥਿਤੀ ਸੀ ਉਹਨੂੰ ਕੰਟਰੋਲ ਕਰਿਆ। ਬਿਆਨ ਕੀ ਆਉਂਦਾ, ਅਸੀਂ SSP ਬਦਲਤਾ। SSP ਦਾ ਕੀ ਕਸੂਰ ਆ? SSP ਦਾ ਕੋਈ ਕਸੂਰ ਹੀ ਹੈ ਨੀ। ਜਦੋਂ ਨਾਨਕ ਸਿੰਘ ਨੇ ਤਾਂ ਇਹ ਕਿਹਾ ਕਿ ਸ਼ਾਂਤੀ ਬਣਾ ਕੇ ਰੱਖੋ, ਨਾਨਕ ਸਿੰਘ ਖੁਦ ਉਸ ਹਿੰਸਾ ਦੇ ਵਿੱਚ ਵੜਿਆ। ਪਹਿਲਾਂ ਕਿੰਨੇ ਕੁ SSP ਵਿੱਚ ਵੜਦੇ ਰਹੇ ਨੇ, ਪਹਿਲਾਂ ਕਿੰਨੇ ਕੁ ਪੁਲਿਸ ਵਾਲੇ ਆਮ ਨੌਜਵਾਨ ਜਿਹੜੇ ਭਰਤੀ ਹੋਏ ਨੇ ਉਹ ਆਉਂਦੇ ਰਹੇ ਨੇ ਪ੍ਰਸ਼ਾਸਨ ਦੇ ਅਧਿਕਾਰੀ, ਪਹਿਲਾਂ ਵੱਡੇ ਉੱਚ ਅਧਿਕਾਰੀ ਕਿੰਨੇ ਕੁ ਇਹੋ ਜਿਹੀ ਹਿੰਸਾ ਦੇ ਵਿੱਚ ਵੜੇ ਨੇ। ਨਾਨਕ ਸਿੰਘ ਮੈਂ ਪੜ੍ਹ ਰਿਹਾ ਸੀ, ਲੇਖ ਇੱਕ ਪੜ੍ਹ ਰਿਹਾ ਸੀਗਾ, ਜਿਹੜਾ ਨਾਨਕ ਸ਼ਬਦ ਆ ਨਾ ਉਹ ਇੱਕ ਉੱਚਾ ਤੇ ਸੁੱਚਾ ਸ਼ਬਦ ਆ, ਸ਼ਾਇਦ ਕਿਤੇ ਨਾ ਕਿਤੇ ਜਾ ਕੇ ਉਹ ਸ਼ਬਦ ਨਾਨਕ ਸਿੰਘ ਦੇ ਉਸ ਕਿਰਦਾਰ ਨਾਲ ਵੀ ਜੁੜਦਾ SSP ਦੇ ਨਾਲ। ਬੜੀ 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 ਚੰਗੀ ਗੱਲ ਆ, ਨਾਨਕ ਸਿੰਘ ਵਰਗੇ ਜੇਕਰ ਇਸ ਦੁਨੀਆਂ ਦੇ ਉੱਪਰ ਹੈਗੇ ਨੇ ਤਾਂ ਹੀ ਇਹ ਦੁਨੀਆਂ ਚੱਲ ਰਹੀ ਆ, ਤਾਂ ਹੀ ਇਹ ਦੁਨੀਆਂ ਚੱਲ ਰਹੀ ਆ, ਚੜ੍ਹਦੇ ਨੂੰ ਸਲਾਮਾਂ ਹੁੰਦੀਆਂ ਨੇ। ਨਾਨਕ ਸਿੰਘ ਪਟਿਆਲੇ ਦਾ SSP ਰਿਹਾ, ਉਹਨੇ ਹਿੰਸਾ ਦੇ ਵਿੱਚ ਜਾ ਕੇ ਆਪ ਉਸ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕਰੀ। ਬੇਸ਼ੱਕ ਉਹ ਸ਼ਿਵ ਸੈਨਾ ਵਾਲੇ ਸੀ, ਬੇਸ਼ੱਕ ਉਹ ਸਿੱਖ ਜਥੇਬੰਦੀਆਂ ਸੀ, ਉਹਨਾਂ ਨੇ ਦੋਨਾਂ ਨੂੰ ਅਪੀਲ ਕਰੀ, ਵਿਚਾਲੇ ਖੜ ਕੇ ਆਪ ਉਹਨੇ ਇਹ ਚੀਜ਼ਾਂ ਰੋਕੀਆਂ ਨੇ, ਬੇਨਤੀ ਕੀਤੀ ਵੀ ਬੇਸ਼ੱਕ ਪਰਚੇ ਹੋ ਗਏ ਆ, ਬੇਸ਼ੱਕ ਪਰਚੇ ਹੋ ਗਿਆ, ਉਹ ਹੋਣੇ ਵੀ ਚਾਹੀਦੇ ਨੇ ਜਿਹੜੇ ਲੋਕ ਕਸੂਰਵਾਰ ਨੇ, ਪਰ ਜਿਹੜੇ ਬੇਕਸੂਰੇ ਨੇ ਉਹਨਾਂ ਦੇ ਉੱਪਰ ਕੋਈ ਪਰਚਾ ਨਹੀਂ ਹੋਣਾ ਚਾਹੀਦਾ। ਇਹ ਇਹ ਇੱਕ ਅਪੀਲ ਵੀ ਆ ਸਰਕਾਰ ਨੂੰ ਤੇ ਬੇਨਤੀ ਵੀ ਆ। ਸਿਕਿਉਰਿਟੀ ਤੋਂ ਵੱਡਾ ਸਵਾਲ ਆ, ਭਗਵੰਤ ਮਾਨ ਦਾ ਬਿਆਨ ਆਉਂਦਾ ਸਿਕਿਉਰਿਟੀ ਭਾਲਦੇ ਨੇ ਪੁਰਾਣੇ MLA ਪੁਰਾਣੇ ਮੰਤਰੀ, ਕਹਿੰਦਾ ਅਜਿਹੇ ਕੰਮ ਹੀ ਕਿਉਂ ਕਰਦੇ ਹੋ ਵੀ ਤੁਹਾਨੂੰ ਸਿਕਿਉਰਟੀਆਂ ਲੈਣੀਆਂ ਪੈਣ, ਅਸੀਂ ਕਿਹੜਾ ਕਹਿੰਦਾ ਲੋਕਾਂ ਨੇ ਕਿਹੜਾ ਘਰੋਂ ਕੱਢ ਕੇ ਬੁਲਾਇਆ ਸੀ ਵੀ ਤੁਸੀਂ MLA ਬਣੋ, ਤੁਸੀਂ ਬਣਦੇ ਹੀ ਨਾ। ਮਾਨ ਸਾਹਿਬ ਨੇ ਬਿਆਨ ਤਾਂ ਦਿੱਤਾ, ਪਰ ਮਾਨ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਨਾ ਵੀ ਸਿਕਿਉਰਟੀ ਜਿਹੜੀ ਉਹਨਾਂ ਦੇ ਕੋਲ ਵੀ ਹੈਗੀ ਆ, ਠੀਕ ਆ, ਵਾਧੂ ਸਿਕਿਉਰਟੀ ਵਾਪਸ ਲੈਣੀ ਚਾਹੀਦੀ ਆ, ਪਰ ਜਿੰਨੀ ਸਿਕਿਉਰਟੀ ਸੰਵਿਧਾਨ ਦੇ ਵਿੱਚ ਲਿਖੀ ਆ ਜਾਂ ਸੰਵਿਧਾਨ ਦਾ ਕਹਿੰਦਾ ਵੀ ਇਹਦੀ ਸਿਕਿਉਰਟੀ ਮਿਲਣੀ ਚਾਹੀਦੀ, ਉਹ ਮਿਲਣੀ ਵੀ ਚਾਹੀਦੀ ਆ, ਠੀਕ ਹੈ ਜੀ। MLA ਬਣਦੀ ਕਿਉਂ ਨਹੀਂ ਜੇਕਰ ਸਿਕਿਉਰਟੀ ਭਾਲਦੇ ਹੋ? ਮਾਨ ਸਾਹਿਬ ਦੇ MLA ਕੋਲ ਵੀ ਸਿਕਿਉਰਟੀ ਤਾਂ ਹੈਗੀ ਆ, ਫਿਰ
ਜੇ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਐਮਐਲਏ ਬਣਦੀ ਕਿਉਂ, ਹਾਂਜੀ ਜੇਕਰ ਤੁਹਾਨੂੰ ਖਤਰਾ ਜਾਂ ਹਾਂਜੀ ਸਿਕਿਉਰਿਟੀ ਭਾਲਦੇ ਹੋ, ਫਿਰ ਮਾਨ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਕੋਲ ਵੀ ਸਿਕਿਉਰਿਟੀ ਤਾਂ ਹੈਗੀ ਆ, ਸਿਕਿਉਰਿਟੀ ਤਾਂ ਉਨੀ ਆ। ਠੀਕ ਹੈ ਜੀ, ਅਸੀਂ ਉਹ ਗੱਲ ਨਹੀਂ ਕਰਦੇ, ਅਸੀਂ ਕਿਸੇ ਬੀਆਈਪੀ ਕਲਚਰ ਨੂੰ ਪ੍ਰਮੋਟ ਨਹੀਂ ਕਰ ਰਹੇ, ਪਰ ਸਹੀ ਗੱਲ ਆ ਉਹਨਾਂ ਦੀ ਵੀ ਹਾਂ ਸਿਕਿਉਰਿਟੀ ਵਾਪਸ ਲੈਣੀ ਚਾਹੀਦੀ ਆ। ਵਾਧੂ ਖਰਚਾ ਜਿਹੜਾ ਖਜ਼ਾਨੇ ਤੇ ਪੈ ਰਿਹਾ, ਖਜ਼ਾਨੇ ਨੂੰ ਜਿਹੜਾ ਕਿ ਜਿੰਨਾ ਘੱਟ ਹੋ ਸਕੇ ਉਨਾ ਘੱਟ ਕਰਨਾ ਚਾਹੀਦਾ। ਹੁਣ ਤੁਸੀਂ ਇਹ ਦੇਖੋ, ਗਰੰਟੀ ਦਿੱਤੀ ਅਸੀਂ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਕਦੋਂ ਦੇਣਗੇ ਬੀਬੀਆਂ ਨੂੰ, ਕਦੋਂ ਦੇਣਗੇ? ਜੇ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਿਜਲੀ ਦੀ 600 ਯੂਨਿਟ ਮਾਫ਼ ਹੋਊਗੀ, ਪੰਜਾਬ ਦੇ ਵਿੱਚ ਤਾਂ ਬਿਜਲੀ ਨਹੀਂ ਆਉਂਦੀ, ਧਰਨੇ ਲੱਗੀ ਜਾਂਦੇ ਨੇ, ਫਿਰ ਖਬਰ ਆਉਂਦੀ ਆ 2 ਪਲਾਂਟ ਜਿਹੜੇ ਚੱਲ ਰਹੇ ਨੇ ਪਲਾਂਟ, ਉਹਨਾਂ ਦੀ ਬਿਜਲੀ ਆ ਜਿਹੜੀ ਉਹ ਰੁਕ ਗਈ ਆ, ਥਰਮਲਾਂ ਦੀ 2 ਯੂਨਿਟਾਂ ਖੜ ਗਈਆਂ ਨੇ। ਬੜਾ ਬੜੀਆਂ ਜਿਹੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਆ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਪੰਜਾਬ ਦਾ ਪਾਣੀ, ਪਾਣੀ ਤੋਂ ਬਿਜਲੀ ਤਿਆਰ ਹੁੰਦੀ, ਅਸੀਂ ਪੂਰੇ ਦੇਸ਼ ਨੂੰ ਵੰਡ ਰਹੇ ਹਾਂ ਪੰਜਾਬ ਚੋਂ ਬਿਜਲੀ, ਫਿਰ ਪੰਜਾਬ 'ਚ ਕਿਉਂ ਨਹੀਂ ਹੈਗੀ? ਇਹ ਵੱਡਾ ਸਵਾਲ ਹੈ। ਪੰਜਾਬ 'ਚ ਕਿਉਂ ਨਹੀਂ ਹੈਗੀ? ਪੰਜਾਬ ਦੇ ਵਿੱਚ ਕਿਹਾ ਗਿਆ ਬੜਾ ਚੰਗਾ ਜਿਹੜਾ ਕਿ ਬਿਆਨ ਆਉਂਦਾ ਕਿ ਮੂੰਗੀ ਬੀਜੋ, ਅਸੀਂ ਮੂੰਗੀ ਤੇ ਐਮਐਸਪੀ ਦੇਵਾਂਗੇ, ਬਾਸਮਤੀ ਤੇ ਐਮਐਸਪੀ ਦੇ, ਬਾਸਮਤੀ ਤੇ ਐਮਐਸਪੀ ਦੇਵਾਂਗੇ, ਚੰਗੀ ਗੱਲ ਆ ਜੇਕਰ ਕੋਈ ਸਰਕਾਰ ਇਹ ਕਦਮ ਪੁੱਟਦੀ ਆ। ਪਰ ਕਿਤੇ ਇਹ ਨਾ ਹੋਵੇ ਵੀ ਕਿਸਾਨ ਮੂੰਗੀ ਬੀਜ ਲੈਣ ਤੇ ਐਮਐਸਪੀ ਵੀ ਨਾ ਮਿਲੇ ਤੇ ਉਹਨੂੰ ਮੂੰਗੀ ਦਾ ਰੇਟ ਵੀ ਨਾ ਪੂਰਾ ਮਿਲੇ, ਕਿਸਾਨ ਫਿਰ ਉਹੀ ਰੱਸਾ ਤੇ ਉਹੀ ਮੋਨੋ ਚੱਕੀ ਫਿਰੇ, ਇਹ ਗੱਲ ਨਾ ਹੋਵੇ ਕਿਤੇ। ਕਿਸਾਨ ਬਾਸਪਤੀ ਬੀਜ ਲੈਣ, ਕਿਤੇ ਫਿਰ ਉਹਨੂੰ ਬਾਸਪਤੀ ਦਾ ਰੇਟ ਬਣਦਾ ਵੀ ਨਾ ਮਿਲੇ, ਕਿਸਾਨ ਬਾਸਪਤੀ ਨੂੰ ਟਰਾਲੀਆਂ 'ਚ ਭਰ ਭਰ ਦਿੱਲੀ ਤੱਕ ਵੇਚਣਾ ਪਵੇ ਉਹਨੂੰ, ਐਮਐਸਪੀ ਦਾ ਰੇਟ ਪਹਿਲਾਂ ਬੰਨਣ। ਐਮਐਸਪੀ ਦਾ ਰੇਟ ਆ ਜਿਹੜਾ ਬਿਆਨਾਂ ਰਾਹੀਂ ਨਹੀਂ ਲਿਖਤੀ ਰੂਪ ਦੇ ਵਿੱਚ ਦੇਣ ਵੀ ਅਸੀਂ ਆਹ ਦੇਖੋ ਭਾਈ ਆਹ ਅਸੀਂ ਦੇਤਾ, ਤੁਸੀਂ ਇਹਦੇ ਉੱਪਰ ਅਸੀਂ ਪੂਰੀ ਪੱਕੀ ਮੋਹਰ ਲਾ ਦਿੱਤੀ ਆ, ਇਹ ਕਾਨੂੰਨ ਆ ਇੱਕ ਪਾਸ ਹੋ ਗਿਆ, ਅਸੀਂ ਤੁਹਾਨੂੰ ਐਮਐਸਪੀ ਵੀ ਦੇਵਾਂਗੇ ਪੰਜਾਬ, ਜੇ ਸੈਂਟਰ ਨਹੀਂ ਦੇਊਗਾ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਦੇਵਾਂਗੇ, ਇੱਕ ਫਾਈਨਲ ਹੋਣੀ ਚਾਹੀਦੀ ਹੈ ਗੱਲਬਾਤ। ਇਹ ਨਹੀਂ ਹੈਗਾ ਵੀ ਅਸੀਂ ਇਕੱਠ ਦੇਖਿਆ ਉਹਦੇ ਵਿੱਚ ਅਸੀਂ ਬੋਲਤਾ ਵੀ ਫਲਾਨੀ ਚੀਜ਼ ਬੀਜ ਲਓ ਅਸੀਂ ਉਹਦੇ 'ਤੇ ਐਮਐਸਪੀ ਦੇ ਦਾਂਗੇ, ਫਲਾਨੀ ਚੀਜ਼ ਬੀਜ ਲਓ ਅਸੀਂ ਉਹਦੇ 'ਤੇ ਇੰਨਾ ਰੇਟ ਦੇ ਦਾਂਗੇ। ਕਿਸਾਨਾਂ ਨੂੰ ਕਿਹਾ ਗਿਆ ਸੀ ਕਿਸੇ ਟਾਈਮ ਵੀ ਤੁਸੀਂ ਨਰਮਾ ਕਪਾਹ ਬੀਜੋ, ਅਸੀਂ ਤੁਹਾਨੂੰ ਦੇਵਾਂਗੇ ਰੇਟ ਦੇਵਾਂਗੇ, ਕਿਸਾਨਾਂ ਨੂੰ ਕਿਹਾ ਗਿਆ ਸੀ ਜਦੋਂ ਹਰੀ ਕ੍ਰਾਂਤੀ ਆਉਂਦੀ ਆ, ਕਿਸਾਨਾਂ ਨੇ ਪੂਰੇ ਪੰਜਾਬ ਨੇ ਪੂਰੇ ਦੇਸ਼ ਦਾ ਨਹੀਂ ਦੁਨੀਆਂ ਦਾ ਢਿੱਡ ਭਰਿਆ, ਜਦੋਂ ਭੁੱਖਮਰੀ ਸੀ, ਜਦੋਂ ਭੁੱਖਮਰੀ ਸੀ ਪੰਜਾਬ ਨੇ ਪੂਰੀ ਦੁਨੀਆਂ ਦਾ ਢਿੱਡ ਭਰਿਆ ਉਦੋਂ, ਪਰ ਪੰਜਾਬ ਦੇ ਕਿਸਾਨ, ਪੰਜਾਬ ਦੇ ਕਿਸਾਨ ਕੀ ਨੇ? ਜੇਕਰ ਤੇਰੇ ਮੇਰੇ ਵਰਗਾ ਦੇ ਪਿਓ ਤੋਂ ਜਾ ਕੇ ਕਹਿੰਦਾ ਵੀ ਬਾਪੂ 500 ਰੁਪਇਆ ਦੇ ਦੇ ਜਾਂ 1000 ਰੁਪਇਆ ਦੇ ਦੇ, ਤਾਂ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ 90% 90% ਦੀ ਗੱਲ ਕਰ ਰਹੇ ਹਾਂ, 10% ਇੱਧਰ ਉੱਧਰ ਹੋ ਸਕਦੇ ਨੇ, 90% ਕਿਸਾਨਾਂ ਦੇ ਸਿਰ ਕਰਜ਼ਾ ਗਾ ਤੇ ਰੱਸਾ ਮੋਨੋ ਚੱਕਣ ਨੂੰ ਤਿਆਰ ਨਹੀਂ, ਫਾਹਾ ਲੈਣ ਨੂੰ ਤਿਆਰ ਨੇ। ਕਿਸੇ ਦੀ ਧੀ ਦਾ ਵਿਆਹ ਉਹਨੇ ਵੀ ਕਰਜ਼ਾ ਚੱਕ ਕੇ ਵਿਆਹੀ ਆ, ਕਿਸੇ ਦੇ ਮੁੰਡੇ ਦਾ ਵਿਆਹ ਉਹਨੇ ਵੀ ਕਰਜ਼ਾ ਚੱਕ ਕੇ ਵਿਆਹ ਆ, ਬੜਾ ਬੜਾ ਕੁਛ ਹੋਇਆ ਪੰਜਾਬ ਦੇ ਨਾਲ ਬੜਾ। ਅਸੀਂ ਵਾਰ ਵਾਰ ਉਹੀ ਫੇਰ ਸ਼ਬਦ ਆਉਂਦੇ ਨੇ ਜਵਾਨ ਤੇ, 1984 ਹਰ ਇੱਕ ਨੂੰ ਯਾਦ ਆ, ਪਰ 1984 ਤੋਂ ਬਾਅਦ 10 ਸਾਲ ਭੋਗਿਆ ਸੰਤਾਪ ਕਿਸੇ ਨੂੰ ਯਾਦ ਨਹੀਂ, ਘਰਾਂ ਚੋਂ ਮੁੰਡੇ ਚੁੱਕ ਕੇ ਵੀ ਮਾਰੇ ਗਏ ਨੇ ਘਰਾਂ ਦੇ ਵਿੱਚੋਂ, ਉਹਨਾਂ ਜਨਾਨੀਆਂ ਦੀ ਬੇਪਤੀ ਵੀ ਕਰੀ ਗਿਆ, ਧੀਆਂ ਭੈਣਾਂ ਨੂੰ ਵੀ ਬੇਪਤ ਕਰਿਆ ਗਿਆ, ਥਾਣੇ ਦੇ ਵਿੱਚ ਰੋਲਿਆ ਗਿਆ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਉਹ ਹਾਲਾਤ ਹੋਣ, ਅਸੀਂ ਕਹਿੰਦੇ ਹਾਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਪੰਜਾਬ ਬਣਾਇਆ ਜਾਵੇ, ਸਾਨੂੰ ਕਿਸੇ ਮਾਡਲ ਦੀ ਲੋੜ ਨਹੀਂ, ਸਾਨੂੰ ਕਿਸੇ ਹੋਰ ਸਟੇਟ ਵਾਂਗ ਨਾ ਰੱਖਿਆ ਜਾਵੇ, ਸਾਨੂੰ ਪੰਜਾਬ ਦੇ ਬਣਦੇ ਹੱਕ ਪੰਜਾਬ ਨੂੰ ਦਿੱਤੇ, ਸਾਡੇ ਤੇ ਦਿੱਲੀ ਮਾਡਲ ਨਾ ਲਾਗੂ ਕੀਤਾ ਜਾਵੇ, ਸਾਡਾ ਪੰਜਾਬ ਮਾਡਲ ਬਣਾਇਆ ਜਾਵੇ। ਬਿਲਕੁਲ ਬਿਲਕੁਲ ਜੀ, ਤਾਂ ਬੜਾ ਸਹਿੜਿਆ ਪੰਜਾਬ ਨੇ, ਹੁਣ ਤੱਕ ਸਹਿੰਦਾ ਹੀ ਆਇਆ, ਬੜਾ ਕੁਛ ਸਹਿੜਿਆ ਪੰਜਾਬ ਨੇ, ਇੱਥੇ ਹਿੰਦੂ ਸਿੱਖ ਵਿਵਾਦ ਨਾ ਮਨਾਇਆ ਜਾਵੇ, ਇੱਥੇ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਇਮ ਰੱਖੀ ਜਾਵੇ, ਪੰਜਾਬ ਵੀ ਸਮਝ ਕੇ ਮੇਰੀ ਇਹ ਹੋਣ ਦੀ ਲੜਾਈ ਆ, ਪੰਜਾਬ ਦੇ ਲੋਕ ਵੀ ਸਮਝਣ ਕਿ ਇਹ ਸਾਡੀ ਹੋਣ ਦੀ ਲੜਾਈ ਆ, ਜੇਕਰ ਸਾਡੀ ਹੋਂਦ ਨਾ ਰਹੀ ਤਾਂ ਅਸੀਂ ਫਿਰ ਜਿਉਂਦੇ ਨਹੀਂ ਬਚਾਂਗੇ, ਜੇ ਸਾਡੀ ਪੀੜ੍ਹੀ ਨਾ ਰਹੀ ਤਾਂ ਅਸੀਂ ਫਿਰ ਜਿਉਂਦੇ ਨਹੀਂ ਬਚਾਂਗੇ ਜੀ। ਢਿੱਲੋਂ ਸਾਹਿਬ, ਤੁਸੀਂ ਪੰਜਾਬ ਦੇ ਮੁੱਦਿਆਂ 'ਤੇ ਸਾਡੇ ਨਾਲ ਚਰਚਾ ਕਰੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰੀ, ਪੰਜਾਬ ਦਾ ਪਾਣੀਆਂ ਦਾ ਮੁੱਦਾ ਬਹੁਤ ਵੱਡਾ, ਪੰਜਾਬ 'ਚ ਬੇਰੁਜ਼ਗਾਰੀ, ਨਸ਼ਿਆਂ ਦਾ ਮੁੱਦਾ ਬਹੁਤ ਵੱਡਾ, ਹੁਣ ਤੱਕ ਸਰਕਾਰਾਂ ਬਦਲਦੀਆਂ ਆਈਆਂ, ਇਹਨਾਂ ਮੁੱਦਿਆਂ 'ਤੇ ਵੋਟਾਂ ਵਟੋਰ ਲੈਂਦੀਆਂ ਨੇ, ਪਰ ਮੁੱਦੇ ਉੱਥੇ ਦੇ ਉੱਥੇ ਹੀ ਖੜ੍ਹੇ ਰਹਿੰਦੇ ਨੇ, ਹੁਣ ਦੇਖਣਾ ਇਹ ਹੈ ਕਿ ਮੁੱਦੇ ਅਸਲ 'ਚ ਹੱਲ ਹੁੰਦੇ ਨੇ ਕਿ ਨਹੀਂ। ਧੰਨਵਾਦ।